सत श्री अकाल जी, मैं संदीप सिंह बराड़ कनेडा तो। देसी रंग अपना चैनल यूट्यूब पर हैगा दोस्तों। जिस तरह शुरुआत हो गई आ, जिहड़े शौक रखदे आ कबूतरों का शौक रखदे आ इंडिया तो सी जां इस मुल्क दे विच कनेडा दे विच आके उन्होंने शौक अपना बरकरार रखिया। तो परमात्मा वालों जिहड़ी दसां नौहां की किरत करी सी, शुरुआत बहुत मेहनत कीतियां, संघर्ष कीते, तो इत्थे कबूतर लियाउण दे विच बहुत वड्डे योगदान आ। तकरीबन 12-14-15 साल हो गए असी जिहड़े पुराने बंदिआं नूं जाणदे, मैं पहलां वी वीडियो पाईआं ते हुण नवीआं होर पावांगे। अज्ज इस यूट्यूब चैनल दे राहीं जिहड़ी तुसीं इह वीडियो देख रहे आ, इहदे विच तुहानूं उह शख्सीयत, काफ़ी टाइम हो गया हुण कबूतरां तों थोड़ा जिहा कोई कारण हो जांदे, कई वार अपने काम कार दा हो सकदा है जां कई वार कोई होर प्रॉब्लम आ सकदी है, थोड़ा जिहा कबूतरां तों पासे हट गए सी। पर अज इस तरह तुसीं पहलियां साडियां वीडियो देखियां, बिट्टू बेगमपुरे दी वीडियो देखी आ, सो उही वीडियो दे नाल ही लगदी है वीडियो आ। कबूतर असीं तुहानूं ऑलरेडी दिखा चुके हैं ते घर पहुँचे हुए आ बाई जिंदा बाबा। सो उन्हां नाल गल्लां बातां करनियां, शौक बहुत ज़्यादा, मैं वो गल्लां बातां उन्हां दीआं दसणियां जदों कबूतर डाई सी ना एक वारी, वो गल्लां अगे करांगे। सब तो पहलां मैं बाई बिट्टू दे घर आए हाँ, बाई जिंदे नाल गलबात करांगे ते तुहाडियां वी गल्लां बातां करावांगे। बाबा जी की हाल चाल? ठीक ठाक ठीक। लोंग टाइम, बहुत टाइम हो गया। बाबा जिहड़ा बैठा सी एक वारी कबूतर डाए सीगे, असीं कहे बाबा की हाल आ, बाबे दा मूंह इदां ठीक है, बाबा किदां? बस ठीक है। की हाल चाल आ? ठीक है ना। बाबे नूं नहीं पता गा इन्ना शौक होण दे बावजूद बाबा कित्थे गवाच गया। बाबा भाई कुछ कम दे वालों ते बाकी कोई सेहत नहीं ठीक रहिंदी, बैक दी प्रॉब्लम करके तां इन्हां तों पासे आउणा पिया, पर इन्ना भी पासे नहीं होए। पर उदां भरावां नूं मिलदे जुलदे रहिंदा हर वेले, ਜਦੋਂ ਵੀ ਕਦੇ ਟਾਈਮ ਮਿਲਦਾ ਤਾਂ ਸ਼ੌਂਕ ਪੂਰਾ ਕਰ ਲਈਦਾ ਇੱਥੇ। ਠੀਕ ਹੈ, ਬਿੱਟੂ ਕੋ ਆ ਜਾਈਦਾ ਬਾਈ ਦੇ। ਜਿੰਦੇ ਬਾਬੇ, ਇੱਕ ਸ਼ੁਰੂਆਤ ਮੈਂ ਸਾਰਿਆਂ ਤੋਂ ਪੁੱਛਦਾ ਹੁੰਦਾ, ਇਹ ਬੈਕਗ੍ਰਾਉਂਡ ਤੁਹਾਡੇ ਪਿੰਡ ਤੋਂ ਲੈ ਕੇ ਕਿਹੜੇ ਸਾਲ ਦੇ ਵਿੱਚ ਇੱਥੇ ਆਏ ਸੀਗੇ, ਕਿੱਦਾਂ ਸਫ਼ਰ ਕੀਤਾ, ਕਿੰਨੀਆਂ ਕੁ ਮਿਹਨਤਾਂ ਕੀਤੀਆਂ, ਅਤੇ ਉਸ ਤੋਂ ਬਾਅਦ ਫਿਰ ਉਹ ਗੱਲਾਂ ਬਾਤਾਂ ਕਰਨੀਆਂ ਜਦੋਂ ਆਂਡੇ ਲੈ ਕੇ ਆਏ ਸੀਗੇ ਅਤੇ ਬਾਬਾ ਦਿਨ ਨਹੀਂ ਦੇਖਦਾ ਸੀ, ਰਾਤ ਨਹੀਂ ਦੇਖਦਾ ਸੀਗਾ, ਹੈ ਨਾ। ਇਹਨਾਂ ਕਬੂਤਰਾਂ ਦਾ ਸ਼ੌਂਕ ਜਿਹੜਾ ਸੀਗਾ, ਬੱਚੇ ਨਿਕਲੇ ਆਏ, ਡਾਉਣੇ ਆ, ਕਿੰਨਾ ਕੁਛ ਕਰਨਾ, ਇੱਕ ਛੋਟੀ ਜਿਹੀ ਜਰਨੀ, ਫਿਰ ਕੁਛ ਗੱਲਾਂ ਆਪਾਂ ਹੋਰ ਕਰਾਂਗੇ। ਫਿਰ ਪਹਿਲਾਂ ਤਾਂ ਕਹਿੰਦੇ ਸ਼ੌਂਕ ਤਾਂ ਬਚਪਨ ਤੋਂ ਹੀ ਸੀਗਾ ਇਹਨਾਂ ਚੀਜ਼ਾਂ ਦਾ ਜੀ। ਕੁੱਤੇ ਵੀ ਉਠਾਉਂਦੇ ਰਹੇ ਹਾਂ, ਕੁੱਕੜ ਵੀ ਲੜਾਉਂਦੇ ਰਹੇ ਹਾਂ ਜੀ, ਅਤੇ ਕਬੂਤਰਾਂ ਦਾ ਵੀ ਸ਼ੌਂਕ ਸੀਗਾ, ਇੰਡੀਆ ਰੱਖੇ ਰਹੇ ਪਹਿਲਾਂ ਉੱਥੇ, ਉਸ ਤੋਂ ਬਾਅਦ 94 'ਚ ਇੱਥੇ ਆ ਗਏ। ਅੱਛਾ, 94 'ਚ ਹੀ ਆਏ? 94 ਵਾਲੇ ਕਾਫੀ ਆ, ਮੂਹ ਜੱਸਲ ਸਾਹਿਬ ਕੋਲੇ ਗਿਆ ਸੀ, ਉਹ ਵੀ 94 ਵਾਲੇ ਆ, ਬਿੱਟੂ ਬੇਗਮਪੁਰੀ ਆ, ਉਹ ਵੀ 94 ਵਾਲਾ, ਇਕੱਠੇ ਆਏ ਤਕਰੀਬਨ, ਇਕੱਠੇ ਆਏ ਬਿੱਟੂ ਤੋਂ ਪਹਿਲਾਂ ਤੋਂ ਜਾਣਦਾ ਉਦਾਂ ਇੰਡੀਆ ਤੋਂ ਹੀ ਇਹ। ਠੀਕ ਹੈ, ਕਾਲਜ ਟਾਈਮ ਪੜ੍ਹਦੇ ਉਦੋਂ, ਅਤੇ ਉਸ ਤੋਂ ਬਾਅਦ ਫਿਰ ਇੱਥੇ ਮਿਹਨਤਾਂ, ਅਤੇ ਕਿਉਂਕਿ ਉਹਨਾਂ ਟਾਈਮਾਂ 'ਚ ਰਿਸੈਸ਼ਨ ਬਹੁਤ ਹੁੰਦਾ ਸੀਗਾ ਜੀ, ਹੈ ਨਾ, ਅਤੇ ਬਸ ਕਹਿੰਦੇ ਵੀ 15 ਕੁ ਸਾਲ ਬਾਅਦ, ਜਾਣ ਕੇ 14-15 ਸਾਲ ਬਾਅਦ ਫੇਰ ਸ਼ੌਂਕ ਜਾਗ ਪਿਆ। ਉਸ ਤੋਂ ਬਾਅਦ ਮੈਂ ਅਤੇ ਮੁੰਡਾ ਭੁੱਲਰ ਆ, ਸੰਦੀਪ ਭੁੱਲਰ ਜੀ, ਅਤੇ ਰੱਖਿਓ ਸੀਗੇ ਅਸੀਂ, ਅਤੇ ਅਸੀਂ ਇੰਡੀਆ ਤੋਂ ਆਂਡੇ ਲੈ ਕੇ ਆਏ ਹਾਂ ਜੀ। ਬਰਾੜ ਪਹਿਲਾਂ ਉਹ ਦਿਨ ਯਾਦ ਕਰੋ ਜਦੋਂ ਪਿੰਜਰਾ ਦੋ ਜਣੇ ਫੜ ਦਿੰਦੇ ਸੀ, ਕੁੱਤੇ ਵਾਲਾ ਪਿੰਜਰਾ ਹੁੰਦਾ ਸੀ ਇਹਨਾਂ ਕੋਲੇ ਵੱਡਾ ਸਾਰਾ, ਇੱਕ ਪਾਸੇ ਬਾਬੇ ਦੇ ਹੱਥ 'ਚ ਹੁੰਦਾ ਸੀ, ਇੱਕ ਪਾਸੇ ਸੁਖਦੀਪ ਭੁੱਲਰ ਦੇ ਹੱਥ 'ਚ ਹੁੰਦਾ ਸੀ, ਯਾਦ ਆ ਦਿਨ? ਬਿਲਕੁਲ ਯਾਦ ਆ ਬਾਈ, ਜਦੋਂ ਪਹਿਲੀ ਵਾਰੀ ਪਹਿਲਾਂ ਤੁਹਾਨੂੰ ਨਿੰਮਾ ਮਿਲਿਆ ਸੀਗਾ ਜੀ, ਨਿੰਮਾ ਰਾਜਗੜ੍ਹ ਵਾਲਾ, ਅਤੇ ਹੁਣ ਤਾਂ ਬਾਈ ਇੰਡੀਆ ਗਿਆ ਆ, 2 ਸਾਲ ਹੋ ਗਏ ਉੱਥੇ ਹੀ ਜੀ, ਜਦੋਂ ਚੱਕਰ ਮਾਰ ਗਿਆ, ਅਤੇ ਉਸ ਤੋਂ ਬਾਅਦ ਫਿਰ ਆਪਾਂ ਸਾਰੇ ਜਾਣੇ ਹਾਰਟ ਲੇਕ 'ਤੇ ਇਕੱਠੇ ਹੋਏ ਸੀਗੇ, ਠੀਕ ਆ, ਅਤੇ ਬਾਅਦ 'ਚ ਬਈ ਉਹ ਨਿੰਮੇ ਨੇ ਵੀ ਸੋਹਣੇ ਕਬੂਤਰ ਦਿੱਤੇ, ਆਪਣੇ ਭਰਾਵਾਂ ਵਾਲਾ ਹਾਲੇ ਤੱਕ ਪਿਆਰ ਉੱਦਾਂ ਹੀ ਆ ਬਈ ਜਮਾਂ ਹੀ ਜੀ, ਅਤੇ ਫਿਰ ਆਪਣੇ ਸੋਨੀ ਗਿੱਲ ਜੀ ਬਾਈ, ਅਮਰੀਕਾ ਨੂੰ ਹੋ ਗਿਆ, 1-2 ਵਾਰੀ ਹੁਣ ਵੀ ਗੱਲਾਂ ਹੋਈਆਂ ਚੇਤੇ ਕਰੀ ਦਾ ਬਾਈ, ਪੰਮੇ ਦੇ ਨਾਲ ਹੁੰਦਾ ਉਹ ਕਬੂਤਰ ਪੰਮੇ ਤੋਂ ਲੈ ਕੇ ਜਾਂਦਾ ਕਬੂਤਰ, ਅਤੇ ਉੱਦਣ ਵੀ ਪਿੱਛੇ ਗੱਲ ਹੋਈ ਸੀਗੀ ਸੋਨੀ ਦੇ ਨਾਲ, ਅਤੇ ਵਧੀਆ ਉੱਦਾਂ ਭਰਾ ਨੇ ਉਹ ਵੀ ਚੇਤੇ ਰੱਖਦਾ, ਮੈਂ ਤਾਂ ਕਿਹਾ ਸੀ ਜਦੋਂ ਵੀ ਆਇਆ ਬਾਈ ਮਿਲ ਕੇ ਜਾਈ, ਹੈ ਨਾ ਜੀ, ਆ ਰਿਹਾ ਸੋਨੀ ਹੁਣ ਅਗਲੇ ਦਿਨਾਂ 'ਚ ਆਪਾਂ ਜ਼ਰੂਰ ਮਿਲਾਂਗੇ, ਅਤੇ ਬਸ ਉਸ ਤੋਂ ਬਾਅਦ ਸਟਾਰਟ ਹੁੰਦੇ ਹੁੰਦੇ ਸੋਨੀ ਬਾਈ ਤੋਂ ਦਿੰਦਾ ਨਹੀਂ ਹੁੰਦਾ ਸੀ ਕਿਸੇ ਨੂੰ ਕਬੂਤਰ ਸੋਨੀ ਵੀ, ਕਿਉਂਕਿ ਪਹਿਲਾਂ ਉਦੋਂ ਕਬੂਤਰ ਬੜੀਆਂ ਮਿਹਨਤਾਂ ਨਾਲ, ਉਹ ਟਾਈਮ ਹੋਰ ਸੀ ਬਾਬੇ, ਹੈ ਨਾ। ਅੱਛਾ, ਇੱਕ ਗੱਲ ਹੋਰ ਦੋਸਤੋ, ਮੈਂ ਗੱਲਾਂ ਅੱਜ ਉਹ ਕਰਨੀ ਹੈ ਕੈਮਰੇ ਦੇ ਪਿੱਛੇ, ਕਿਉਂਕਿ ਜਦੋਂ ਨਾ ਨਵਾਂ ਨਵਾਂ ਹੁੰਦਾ, ਘੱਟ ਕਬੂਤਰ ਸੀਗੇ, ਕਬੂਤਰ ਚੋਰੀ ਬਹੁਤ ਹੁੰਦੇ ਸੀਗੇ, ਠੀਕ ਹੈ, ਬਹੁਤ ਕੁਛ ਅਸੀਂ ਦੇਖਿਆ ਹੋਇਆ, ਕਿਉਂਕਿ ਉਹ ਅੱਜ ਕਬੂਤਰ ਰੱਖਣੇ, ਜਿਸ ਤਰ੍ਹਾਂ ਮੋਹਨ ਜੱਸਲ ਦੇ ਘਰ ਗਏ, ਹੈ ਨਾ, ਇੱਕ ਪਹਿਲੇ ਸਾਲ ਦੇ ਵਿੱਚ ਹੀ ਜਿਵੇਂ ਬਾਈ ਗੁਰਜੀਤ ਮਿਲ ਗਿਆ, ਬਿੱਟੂ ਮਿਲ ਗਿਆ, ਬਹੁਤ ਚੰਗੇ ਕਬੂਤਰ ਆ ਗਏ, ਪਰ ਇੱਥੋਂ ਤੱਕ ਪਹੁੰਚਣ ਲਈ ਸਾਨੂੰ 10-10 ਸਾਲ, ਜਾਂ ਜਿਹੜੇ ਸਾਡੇ ਤੋਂ ਪਹਿਲਾਂ ਰੌਣ ਰਣਜੀਤ ਹੁਣੀ ਆਏ ਆ, 20-20 ਸਾਲ ਉਹਨਾਂ ਨੂੰ ਲੱਗ ਗਏ, ਹਜੇ ਤੱਕ ਵੀ ਉਹ ਕਬੂਤਰ ਨਹੀਂ ਬਣੇ ਜਿਹੜੇ ਮੋਹਨ ਜੱਸਲ ਦੇ ਤੁਹਾਨੂੰ ਘਰੇ ਦਿਖਾਤੇ ਕਬੂਤਰ। ਬਾਈ ਜੀ, ਉਹ ਮਿਹਨਤਾਂ ਕੀਤੀਆਂ, ਕਿੰਨਾ ਸੰਘਰਸ਼ ਹੋਇਆ, ਅਤੇ ਜਿੰਦਾ ਬਾਬਾ, ਜਦੋਂ ਕਬੂਤਰ ਆਏ ਸੀ ਨਾ, ਕਹਿੰਦੇ 2-3 ਸਾਲ, ਬਾਈ ਜੀ ਹੁਣ ਅਸੀਂ ਦੇਖਣਾ ਵੀ ਸਾਡੇ ਕਬੂਤਰ ਕੀ ਕਰਦੇ ਆ, ਉਦੋਂ ਬਾਅਦ ਗੱਲਾਂ ਕਰਾਂਗੇ, ਬਾਬੇ ਉਹ ਵੀ ਗੱਲਾਂ ਯਾਦ ਕਰੀਏ। ਬਿਲਕੁਲ ਜੀ, ਬਿਲਕੁਲ, ਅਤੇ ਉਸ ਤੋਂ ਬਾਅਦ ਫਿਰ ਸਾਰੇ ਜਾਣੇ ਭਰਾ ਇਕੱਠੇ ਹੋ ਕੇ ਬਾਜੀਆਂ, ਅਤੇ ਉਦੋਂ ਟਾਈਮ ਬਹੁਤ ਵਧੀਆ ਹੁੰਦਾ ਸੀ ਬਾਈ ਜੀ, ਨਿੰਮੇ ਦੇ ਘਰੇ ਜਾਂ ਤੁਹਾਡੇ ਘਰੇ ਜਾਂ ਆਪਣੇ
ਕਿੰਨੇ ਬੰਦੇ ਸੀ ਰੋਨ ਬਾਈ ਜੀ ਹੋ ਗਿਆ ਨਿੰਮੇ ਦੇ ਕਰੇ ਸਾਰੇ ਕਿੰਨਾ ਇੰਜੋਏ ਕਰਦੇ ਸੀ ਜੀ ਦੇ ਘਰੇ ਵੀ ਸੋਹਣੇ ਕਬੂਤਰ ਆ ਤੇ ਉਹ ਇਕੱਠੇ ਹੋ ਜਾਂਦੇ ਸੀਗੇ ਵਧੀਆ ਫੰਕਸ਼ਨ ਹੁੰਦਾ ਸੀਗਾ ਕਿਸੇ ਨੇ ਪੀਜ਼ਾ ਚੱਕੀ ਜਾਣਾ ਕਿਸੇ ਨੇ ਚਿਕਨ ਲੈ ਆਉਣਾ ਕਿਸੇ ਨੇ ਦੋ ਜੱਗ ਇੱਦਾਂ ਹੱਥ 'ਚ ਫੜੇ ਹੋਣ ਜਾਣੀ ਕਿ ਸਾਲ ਬਾਰੇ ਘੱਟੋ ਘੱਟ 20 ਬੰਦੇ 25 ਹੁੰਦੇ ਸੀਗੇ ਸਵੇਰ ਨੂੰ ਮੀਟ ਚੈੱਕਬੁੱਕ ਚੱਲਣ ਵਾਲਾ ਆਪਾਂ ਰਾਤ ਦੇ ਨਿੰਮੇ ਦੇ ਘਰੇ ਮਿਲ ਕੇ 11-11 ਵੱਜ ਜਾਂਦੇ ਕਬੂਤਰ ਉੱਡਦੇ ਬਹੁਤ ਸੀ ਬਾਈ ਨਿੰਮੇ ਵਾਲੇ ਆਪਾਂ ਨਾਮ ਨਹੀਂ ਲੈਣਾ ਚਲੋ ਉਦਾਂ ਪੁਰਾਣੀਆਂ ਗੱਲਾਂ ਯਾਦ ਕਰਦੇ ਹਨਾ ਕਦੇ ਘਰ ਵਾਲੀਆਂ ਬਾਜ਼ੀਆਂ ਜ਼ਿਆਦਾ ਹੁੰਦੀਆਂ ਬੜਾ ਹੋਣਾ ਸਵੇਰੇ ਸਵੇਰੇ ਬਾਬੇ ਨੇ ਟਾਈਮ ਕਰਨ ਆਉਣਾ ਹੱਥ ਦੇ ਵਿੱਚ ਮਫਨ ਹੋਣਾ ਕਬੂਤਰ ਫੜੇ ਗਏ ਬੈਠ ਗਏ ਉੱਡ ਗਏ ਮਜਬੂਰੀਆਂ ਹੋ ਜਾਂਦੀਆਂ ਜੋ ਸਿਹਤ ਨੀ ਆਗਿਆ ਦਿੰਦੀ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਨੂੰ ਫੇਸ ਕਰਨਾ ਪੈਂਦਾ ਵਧੀਆ ਜਿੰਨੇ ਵੀ ਸਾਰੇ ਬਾਈ ਪ੍ਰੀਤ ਬਾਈ ਹੋਣੀ ਸੀਗੇ ਸਾਰੇ ਜਾਣ ਕੇ ਜਿੰਨੇ ਕੁ ਬੰਦੇ ਹੈਗੇ ਡਾਕਟਰ ਇੱਥੇ ਆਪਣਾ ਕੀ ਨਾਮ ਉਹਦਾ ਹਰਪ੍ਰੀਤ ਹਨਾ ਤੇ ਗਰੇਵਾਲ ਸਾਹਿਬ ਤੇ ਰੋਹਨ ਭਾਜੀ ਇੰਡੀਆ ਤੋਂ ਉਹਨੇ ਦਿਨ ਨੀ ਦੇਖਣਾ ਉਹਨੇ ਰਾਤ ਨੀ ਦੇਖਣੀ ਉਹਦਾ ਬਿੰਦਰ ਬਾਈ ਉਹਦਾ ਉਸਤਾਦ ਆ ਜਾਂ ਉਹਦਾ ਕੌਣ ਆ ਉਹਨੇ ਦਿਨ ਭਰ ਰਾਤ ਨੀ ਦੇਖਣੀ ਬਾਈ ਜੀ ਉਸੇ ਟਾਈਮ ਹੀ ਰਾਤ ਨੂੰ ਕਾਲ ਲਾ ਲੈਣੀ ਆ ਬਿੰਦਰ ਬਾਈ ਕਬੂਤਰ ਐਂ ਹੋ ਗਿਆ ਬਿੰਦਰ ਬਾਈ ਐਂ ਹੋ ਗਿਆ ਮਤਲਬ ਇੰਨਾ ਜ਼ਿਆਦਾ ਸ਼ੌਂਕ ਸੀਗਾ ਔਰ ਉਹਦੀਆਂ ਲੱਤਾਂ ਦੇ ਵਿੱਚ ਥੋੜ੍ਹਾ ਜਿਹਾ ਬਚਪਨ ਤੋਂ ਹੀ ਮਤਲਬ ਹੈਗਾ ਖਰੋੜੀਆਂ ਦੇ ਨਾਲ ਤੁਰਦਾ ਮੇਰਾ ਬਾਈ ਜਿਵੇਂ ਗਲਤ ਨਹੀਂ ਹੈਗਾ ਨਾ ਬਾਈ ਕੋ ਕਬੂਤਰ ਬਹੁਤ ਵਧੀਆ ਬਾਈ ਅੱਜ ਵੀ ਇੱਕ ਘੋਗੇ ਹੁੰਦੇ ਸੀ ਘੋਗੇ ਰੱਤੇ ਘੋਗੇ ਬਾਕੀ ਬਾਈ ਬੰਦੇ ਦੀ ਮਿਹਨਤ ਇੰਨੀ ਆ ਵੀ ਹੈਰ ਲੱਤਾਂ ਦੇ ਬਾਵਜੂਦ ਵਿਚਾਰੇ ਤੋਂ ਕਹਿਣ ਤਾਂ ਚੰਗਾ ਨਹੀਂ ਲੱਗਦਾ ਵੈਸੇ ਉੱਦਾਂ ਗੱਲ ਕਰਦੇ ਹਾਂ ਵੀ ਫੇਰ ਵੀ ਬਾਈ ਜਿੰਨਾ ਕੁ ਅਸੀਂ ਜਿੰਨੀ ਵਾਰੀ ਵੀ ਗਏ ਹਾਂ ਤਾਂ ਵੀ ਤੁਸੀਂ ਤੁਹਾਡੇ ਲਿਵਿੰਗ ਰੂਮ ਦੇ ਵਿੱਚੋਂ ਘਰ ਦੇ ਅੰਦਰੋਂ ਤਾਂ ਬਾਈ ਮਿੱਟੀ ਜਾਂ ਕੋਈ ਮਾੜਾ ਕਾਗਜ਼ ਦਾ ਟੁਕੜਾ ਲੱਭ ਜੂਗਾ ਉਹ ਬੰਦੇ ਦੀ ਮਿਹਨਤ ਇੰਨੀ ਹੁੰਦੀ ਸੀਗੀ ਵੀ ਮੇਰੇ ਖਿਆਲ 'ਚ ਵੀ ਤੁਹਾਨੂੰ ਕਬੂਤਰਾਂ ਦੇ ਖੁੱਡੇ 'ਚੋਂ ਇਹੋ ਜਿਹਾ ਬੰਦਾ ਮਿਹਨਤ ਨਹੀਂ ਕਰ ਹੋ ਸਕਦਾ ਵੀ ਜਿਹਨੇ ਤੁਹਾਨੂੰ ਇੱਕ ਬਿੱਠ ਵੀ ਨਹੀਂ ਲੱਭਦੀ ਹੁੰਦੀ ਜਦੋਂ ਮਰਜ਼ੀ ਚੱਲ ਜਾਓ ਔਰ ਖੁੱਡਾ ਇੰਨਾ ਕਬੂਤਰ ਵੀ ਸ਼ਾਨਦਾਰ ਸੀ ਬਾਈ ਦੇ ਹਨਾ ਬਾਬੇ ਬਾਬੇ ਮੈਂ ਥੋੜ੍ਹੀ ਜਿਹੀ ਗੱਲਾਂ ਹੋਰ ਕਰਨਾ ਚਾਹੁੰਦਾ ਕਿਉਂਕਿ ਅੱਜ ਗੱਲਬਾਤ ਚੱਲ ਪਈ ਆ ਬਾਈ ਗੁਰਜੀਤ ਹੋਣਾ ਨਾਲ ਵੀ ਵਿੱਚ ਨਾਲ ਆਪਾਂ ਲੈ ਲਾਂਗੇ ਬਿੱਟੂ ਨੂੰ ਵੀ ਨਾਲ ਲੈ ਲਾਂਗੇ ਠੀਕ ਹੈ ਮੈਂ ਕਹਿੰਦਾ ਆਪਣੇ ਮੋਹਨ ਬਾਈ ਤੁਸੀਂ ਕੈਮਰਾ ਫੜਿਓ ਬਾਈ ਗੁਰਜੀਤ ਨੂੰ ਬਿੱਟੂ ਬਾਈ ਤੁਸੀਂ ਵੀ ਅੱਜ ਨਾਲ ਥੋੜ੍ਹੀਆਂ ਗੱਲਾਂ ਹੋਰ ਕਰ ਲੈਂਦੇ ਹਾਂ 10-15 ਮਿੰਟ ਆਪਾਂ ਲਾਵਾਂਗੇ ਵੈਸੇ ਤਾਂ ਅਗਲੀ ਇੰਟਰਵਿਊ ਲਈ ਰੈਡੀ ਸੀਗੇ ਬਾਬੇ ਕੁਛ ਇੱਦਾਂ ਦੀ ਗੱਲਬਾਤ ਕੋਈ ਹੋਰ ਤੁਹਾਨੂੰ ਲੱਗਦਾ ਕੋਈ ਪੁਰਾਣੀ ਯਾਦ ਕਿਉਂਕਿ ਹੁਣ ਤੁਸੀਂ ਥੋੜ੍ਹੇ ਪਿੱਛੇ ਹਟ ਗਏ ਸੀ ਅਤੇ ਅਸੀਂ ਸਮਝੋ ਤੁਹਾਨੂੰ ਇੱਕ ਬੇਨਤੀ ਇਨਵੀਟੇਸ਼ਨ ਵੀ ਦੇਣ ਆਏ ਹਾਂ ਬਾਈ ਗੁਰਜੀਤ ਵੱਡਾ ਪਿੰਡ ਹੀ ਅਸੀਂ ਨਵਾਂ ਪਿੰਡ ਹੀ ਕਹੀ ਜਾਂਦਾ ਵੱਡੇ ਪਿੰਡ ਤੋਂ ਬਾਈ ਆ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਨਵੇਂ ਪਿੰਡ ਤੋਂ ਹੁਣ ਮੈਂ ਫਿਰ ਗੱਲ ਕਹਿੰਦਾ ਅਸੀਂ ਵੱਡਾ ਪਿੰਡ ਹੀ ਕਹੀ ਜਾਂਦਾ ਨਵੇਂ ਪਿੰਡ ਤੋਂ ਬਾਈ ਗੁਰਜੀਤ ਆਇਆ ਜਾਂ ਹੋਰ ਨਵੇਂ ਕਬੂਤਰਾਂ ਵਾਲੇ ਬਹੁਤ ਮੁੰਡੇ ਆ ਗਏ ਆ ਆਪਾਂ ਚਾਹੁੰਦੇ ਹਾਂ ਕਿ ਯਾਰ ਹੁਣ ਐਕਚੁਅਲੀ ਬਾਬਾ ਉਦੋਂ ਤਾਂ ਅਸੀਂ ਜੋ ਕਬੂਤਰ ਲੈ ਕੇ ਆਏ ਸੀ ਨਾ ਵੱਖਰੇ ਵੱਖਰੇ ਉਦੋਂ ਸਾਨੂੰ ਇੱਕ ਜ਼ਿਆਦਾ ਚਾਅ ਸੀ ਕਈ ਵਾਰ ਅਸੀਂ ਚਾਹ ਦੇ ਵਿੱਚ ਸਾਨੂੰ ਇਹ ਸੀ ਯਾਰ ਮੈਂ ਲੈ ਕੇ ਆਇਆ ਪਹਿਲਾਂ ਮੈਂ ਤਾਂ ਪਰਖ ਲਾਂ ਉਸ ਤੋਂ ਬਾਅਦ ਮੈਂ ਦਊਂਗਾ ਉਹਨਾਂ ਗੱਲਾਂ 'ਚ ਕਈਆਂ 'ਚ ਸਾਡੇ 'ਚ ਫਰਕ ਪਿਆ ਪਰ ਅੱਜ ਉਹ ਚੀਜ਼ਾਂ ਬਹੁਤ ਦੂਰ ਹੋ ਗਈਆਂ ਹੈ ਨਾ ਕਿਉਂਕਿ ਅੱਜ ਤੁਸੀਂ ਕਿਸੇ ਦੇ ਘਰ ਦੇ ਵਿੱਚ ਵੀ ਬੈਠੇ ਹੋ ਦੇਖਦੇ ਹੋ ਕਬੂਤਰ ਸਾਰੇ ਟੌਪ ਦੇ ਕਬੂਤਰ ਉੱਡਦੇ ਆ ਮਾੜੇ ਨਹੀਂ ਹੈਗੇ ਨਾ ਕਹਿ ਸਕਦੇ ਵੀ ਇੰਨੇ ਇੰਡੀਆ 'ਚ ਨਹੀਂ ਕਬੂਤਰ ਪਿਓਰਟੀ ਹੋ ਸਕਦੀ ਜਿੰਨੀ ਕਿ ਅਮਰੀਕਾ ਜਾਂ ਕੈਨੇਡਾ ਜਾ ਕੇ ਹਾਂ ਤੇ ਅੱਜ ਬਾਬੇ ਅਸੀਂ ਇਨਵਾਈਟ ਵੀ ਕਰਨਾ ਹੈ ਮੈਂ ਤੇ ਬਾਈ ਗੁਰਜੀਤ ਆਏ ਹਾਂ ਵੀਡੀਓ ਵੀ ਬਣਾ ਰਹੇ ਹਾਂ ਹੈ ਨਾ ਤੇ ਇਹ ਵੀਡੀਓ ਆਪਣੀ ਦੁਨੀਆ ਦੇ ਵਿੱਚ ਚੱਲਣੀ ਆ ਦੇਸੀ ਰੰਗ ਆਪਣਾ ਚੈਨਲ ਹੈਗਾ ਠੀਕ ਹੈ ਮੈਂ ਚਾਹੁੰਦਾ ਕਿ ਫਿਰ ਆਪਾਂ ਉਹੀ ਜਿਹੜਾ ਸ਼ੌਂਕ ਆ ਹਨਾ ਕਬੂਤਰ ਡਾਉਣਾ ਦੇਖ ਤੁਸੀਂ ਘਰੇ ਨਹੀਂ ਰੱਖਿਆ ਗਿਆ ਜਿਵੇਂ ਬਾਈ ਸਾਰੇ ਇਹਦਾ ਕੋਈ ਪ੍ਰਧਾਨ ਨਹੀਂ ਹੈਗਾ ਹਨਾ ਇਹ ਸਾਰੇ ਜਿਹੜੇ ਕਲੱਬਾਂ ਦੀਆਂ ਜਿੰਨੀਆਂ ਵੀ ਕਲੱਬਾਂ ਸਾਰੀਆਂ ਹੀ ਵਧੀਆ ਜਿਹੜੇ ਨੇ ਸ਼ੌਂਕ ਕਰਦੇ ਆ ਪਰ ਆਪਾਂ ਇਹ ਕਰਨ ਲੱਗੇ ਹਾਂ ਕਿ ਤੁਸੀਂ ਘਰੇ ਨਹੀਂ ਰੱਖ ਸਕਦੇ ਬਾਈ ਬਿੱਟੂ ਦੇ ਘਰ ਤੁਹਾਡੇ ਕਬੂਤਰ ਹੈਗੇ ਆ ਹਨਾ ਤੁਸੀਂ ਇੱਥੋਂ ਵੀ ਕਬੂਤਰ ਡਾ ਸਕਦੇ ਹਾਂ ਕਿ ਇੱਕ ਯਾਰ ਸਾਲ ਦੇ ਵਿੱਚ ਸਾਡੇ 2-3 ਇਦਾਂ ਦੇ ਸ਼ੌਂਕ ਹੋ ਜਾਣ ਕਿ ਸਾਨੂੰ ਮਤਲਬ ਦੁਨੀਆ ਭੁੱਲ ਜਾਂਦੇ ਆ ਇਹ ਕਬੂਤਰ ਬਾਜਣਾ ਉਹਦੇ ਬਾਰੇ ਮੈਂ ਕਹਿੰਦਾ 2-4 ਸ਼ਬਦ ਜ਼ਰੂਰ ਕਹੋ ਨਹੀਂ ਬਾਈ ਮਿਹਨਤ ਕਰਕੇ ਜਿੰਨੇ ਆਪਾਂ ਇੱਥੇ ਮਿਹਨਤਾਂ ਕਰਕੇ ਆ ਕੁਛ ਕੀਤਾ ਥੋੜ੍ਹਾ ਜਿਹਾ ਨੇੜੇ ਲਿਆਇਓ ਬਾਈ ਜੀ ਕੈਮਰਾ ਮੇਰੇ ਖਿਆਲ 'ਚ ਵੀ ਜਿੰਨੇ ਕੁ ਆਪਣੇ ਭਰਾ ਜਿੰਨੇ ਕਬੂਤਰ ਬਾਜੀ ਵਾਲੇ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਆ ਕਿਉਂਕਿ ਆਪਾਂ ਨੂੰ ਲੋਕਾਂ ਨੂੰ ਉਹਦੇ ਸਟ੍ਰੈਸ ਬਹੁਤ ਹੈ ਕੰਮ ਦੀ ਸਟ੍ਰੈਸ ਬਹੁਤ ਆ ਹਨਾ ਅਤੇ ਇਹ ਜਿਹੜੇ ਆਪਾਂ ਘਰੇ ਰੱਖ ਲੈਂਦੇ ਹਾਂ ਸਟ੍ਰੈਸ ਵੀ ਤੁਹਾਡੀ ਦੂਰ ਕਰਦੇ ਆ ਠੀਕ ਹੈ ਜੀ ਅਤੇ ਬਾਕੀ ਜਿੰਨੇ ਕੁ ਭਰਾ ਕੋਈ ਨਹੀਂ ਸਾਰੇ ਜਾਣ ਕੇ ਕਹਿੰਦੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਵੈਸੇ ਛੱਡਦੀ ਉਹਨਾਂ ਨੂੰ ਬਾਬੀ ਬਹੁਤ ਹੋ ਗਿਆ ਹੁਣ ਅਤੇ ਇਕੱਠੇ ਹੋ ਜਾਣਾ ਚਾਹੀਦਾ ਮੈਂ ਤਾਂ ਕਹਿੰਦਾ ਵਧੀਆ ਸਮਾਂ ਉਨਾ ਫਨ ਜ਼ਿਆਦਾ ਹੁੰਦਾ ਬੰਦੇ ਦਾ ਸਾਡੀ ਵੀ ਵਾਰ ਹੁੰਦੀ ਹੈ
अजे असीं 6 घंटे फोन ते आ जे असीं 20 मिंट लड़ांगे नहीं ते फिर बदी ओ रहणी भी की आ जे दो भरा ने ओ भी लड़दे आ जे दो यार दोस्त है ओ भी लड़दे आ लड़ाई भी जरूरी है 15-20 मिंट गालम गाली होना जरूरी है फिर रिश्ता बढ़िया रहिंदा है जिन्ने भी भरा अपने कबूतर शौक रखदे आ जे माड़ी मोटी किसे ना भी हैगी आ उन और चीजां नूं साइड ते कढ के तुसीं जिन्ने सारे भरा इकट्ठे होके कबूतर एंजॉय करो अड़ाओ ਅਸੀਂ ਤਾਂ ਵੀਰੇ ਵੀਕਐਂਡ 'ਤੇ 2 ਦਿਨ ਹੁੰਦੇ ਆ ਠੀਕ ਆ ਬਾਕੀ 5 ਦਿਨ ਤੁਹਾਡੇ ਮੰਡੇ ਟੂ ਫਰਾਈਡੇ ਕੰਮ 'ਤੇ ਲੰਘ ਜਾਂਦੇ ਆ 7 ਕੇ 6 ਦਿਨ ਵੀ ਲਾਣ ਤੁਰੇ ਹੁੰਦੇ ਆ ਠੀਕ ਆ ਕਿਉਂਕਿ ਬਹੁਤ ਪਿੰਟੂ ਬਾਈ ਨੂੰ ਵੀ ਸ਼ੌਂਕ ਹੈਗਾ ਕਾਫੀ ਸਾਂ ਦੀ ਤੁਹਾਨੂੰ ਚਿਰ ਤੋਂ ਜਾਣਦਾ ਮੈਂ ਆ ਨਵੇਂ ਪਿੰਡੀਆ ਬਾਈ ਇਹ ਖੈਰ ਕਿਸੇ ਨੂੰ ਪਤਾ ਨਹੀਂ ਹੋਣਾ ਉੱਧਰ ਤਾਂ ਮੈਂ ਅਸੀਂ ਮਿਲੇ ਇੱਥੇ ਹੀ ਸਾਡਾ ਸਾਡੇ ਦਾਦੇ ਆੜੀ ਸੀ ਆਪ ਦਾਦੇ ਪਰ ਦਾਦੇ ਜਾਣ ਕੇ ਆਪਸ ਵਿੱਚ ਕਾਫੀ ਜਾਣ ਕੇ ਆਣੀ ਜਾਣੀ ਸੀ ਸਾਡੀ ਕਬੂਤਰਾ ਕਰਕੇ ਨਾ ਨਾ ਸਾਡੇ ਦਾਦਿਆਂ ਦੀ ਆਪਸ ਚ ਯਾਰੀ ਦੋਸਤੀ ਸੀ ਕੁਝ ਉੱਧਰ ਗੱਲਾਂ ਇਹ ਜੀਆਂ ਸੀ ਕਿ ਆ ਵੀ ਪੋਲੀਟੀਕਲ ਤੌਰ ਤੇ ਜਾਂ ਪਹਿਲੀ ਸੀ ਗਰੁੱਪ ਤੌਰ ਤੇ ਸਾਨੂੰ ਸਾਡੇ ਜਾਣ ਕੇ ਆਪਸ ਚ ਸੀਗੀ ਉੱਧਰ ਉਹਨਾਂ ਦੇ ਆਉਣੀ ਜਾਣੀ ਇੱਕ ਨਾ ਠੀਕ ਹੈ ਸਾਡੇ ਡੈਡੀ ਹੁਣੇ ਦਾਦੇ ਹੁੰਦੇ ਵੀ ਇਹਨਾਂ ਦੇ ਦਾਦੇ ਜਦਾਂ ਹਫਤੇ 2-3 ਵਾਰੀ दूजे ने हाक मारी मैं भज के ही एक गीत जिहा बड़ा सोहना बाबा लेट किदा हो गया ਐਕਚੁਅਲੀ ਮੈਨੂੰ ਪਤਾ ਨਹੀਂ ਸੀ ਵੀਰੇ ਇਹਨੇ ਦੱਸਿਆ ਨਹੀਂ ਮੈਨੂੰ ਉਦੋਂ ਕਹਿਤਾ ਵੀ ਆ ਜਾ ਮੈਂ ਕਿਹਾ ਸ਼ਾਇਦ ਕੋ ਕੰਮ ਹੋਣਾ ਤੇ ਮੈਂ ਉਸ ਕਰਕੇ ਜਾਣ ਕੇ ਹੌਲੀ ਹੌਲੀ ਲੇਟ ਕੱਲੇ ਬਣਿਆ ਸੀਗਾ ਪਲਾਨ ਮੈਨੂੰ ਪਤਾ ਨਹੀਂ ਇਹਨੂੰ ਫਿਰ ਕੱਲ ਸ਼ਾਮੀ ਪਹਿਲਾਂ ਪਤਾ ਹੁੰਦਾ ਤਾਂ ਬਾਈ ਤੁਹਾਡੇ ਆਉਣ ਤੋਂ ਅੱਧਾ ਘੰਟਾ ਪਹਿਲਾਂ ਜ਼ਰੂਰ ਆਉਂਦਾ ਨਹੀਂ ਆਪਾਂ ਅਗਲੇ ਦਿਨਾਂ 'ਚ ਹੋਰ ਗੱਲਾਂ ਬਾਤਾਂ ਕਰਾਂਗੇ ਕਬੂਤਰਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਬਾਬੇ ਵੀਰੇ ਮੈਂ ਜ਼ਰੂਰ ਤੁਹਾਨੂੰ ਰਿਕੁਐਸਟ ਹੀ ਕਰੂੰਗਾ ਜੇ ਕੋਈ ਗਲਤੀ ਹੋਣੀ ਮੇਰੇ ਤੋਂ ਹੋਈ ਨਹੀਂ ਸਾਰੇ ਤੋਂ ਹੋਈਆਂ ਆਪਾਂ ਉਹਨੂੰ ਛੱਡ ਕੇ ਜੇ ਕਬੂਤਰਬਾਜੀ ਨੂੰ ਸੱਚੀ ਅਸੀਂ ਦਿਲੋਂ ਪਿਆਰ ਕਰਦੇ ਹਾਂ ਦਿਲੋਂ ਪਿਆਰ ਕਰਦੇ ਹਾਂ ਤੇ ਅਸੀਂ ਇਹਨੂੰ ਉੱਚਾ ਲੈ ਕੇ ਜਾਣਾ ਚਾਹੁੰਦੇ ਹਾਂ ਅੱਜ ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਭਾਈ ਬਿੱਟੂ ਦਾ ਘਰ ਬਾਹਰ ਦੇਖ ਲਾ ਕੰਪਨੀ ਦੇਖ ਲਾ ਮੈਨੂੰ ਦੇਖ ਲਓ ਆਪਾਂ ਪੁਰਾਣੇ ਦਿਨਾਂ ਦੇ ਜਾਣਦੇ ਹਾਂ ਸਾਰਿਆਂ ਨੇ ਪਰਮਾਤਮਾ ਨੇ ਮਿਹਰ ਕੀਤੀ ਆ ਜੋ ਮਿਹਰ ਕੀਤੀ ਆ ਤੇ ਆਪਣੇ ਬਿਜ਼ਨਸ ਵੀ ਵਧਦੇ ਇਹਦੇ ਨਾਲ ਹਨਾ ਪਿਆਰ ਵੀ ਵਧਦਾ ਤੇ ਜਿਹੜੀਆਂ ਹੁਣ ਪੁਰਾਣੀਆਂ ਗੱਲਾਂ ਹੈ ਜੇ ਮੇਰੇ ਕੋਲ ਕਬੂਤਰ ਸੀ ਹੁਣ ਉਹ ਗੱਲਾਂ ਖਤਮ ਹੋ ਗਈਆਂ ਹੁਣ ਸਾਰਿਆਂ ਕੋਲੇ ਕਬੂਤਰ ਠੀਕ ਹੈ ਗਾਈਏ ਇੰਜੋਏ ਕਰੀਏ ਹਨਾ ਕੁਝ ਕਹਿਣਾ ਚਾਹੁੰਦੇ ਹੋ ਹੋਰ ਕੁਝ ਵੀਰੇ ਨਹੀਂ ਬਸ ਇੰਨਾ ਹੀ ਬਾਈ ਤੁਹਾਡਾ ਜਿਹੜਾ ਉਪਰਾਲੇ ਲਈ ਆ ਮੈਂ ਤਾਂ ਇਹ ਕਹੂੰਗਾ ਵੀ ਜਿੰਨਾ ਵੀ ਤੁਸੀਂ ਕੀਤਾ ਹੈ ਸਾਰਾ ਵਧੀਆ ਲੱਗਿਆ ਤੇ ਜਿੰਨੇ ਸਾਰੇ ਭਰਾ ਇਕੱਠੇ ਹੋ ਕੇ ਆਪਣੀ ਕਬੂਤਰਬਾਜੀ ਬਾਈ ਸ਼ੌਂਕ ਪੂਰਾ ਜ਼ਰੂਰ ਕਰੋ ਲੜਾਈਆਂ ਬੜਾਈਆਂ ਛੱਡੋ ਮੈਂ ਤਾਂ ਇਹੀ ਕਰੂੰਗਾ ਵੀ ਜਿੰਨੇ ਵੀ ਭਰਾ ਆਪਣੇ ਹੈਗੇ ਜਿੰਨੇ ਵੀ ਇੱਥੇ ਵੱਸਦੇ ਆ ਸਾਰਿਆਂ ਨੂੰ ਇੱਕ ਜੁੱਟ ਇਕੱਠੇ ਹੋ ਕੇ ਆਪਣੀ ਕਬੂਤਰਬਾਜੀ ਦਾ ਇੰਜੋਏ ਕਰੋ ਲੜਾਈਆਂ ਤਾਂ ਬਾਈ ਸਾਰੀ ਉਮਰ ਇੱਦਾਂ ਲੰਘ ਜਾਣੀਆਂ ਜਿੰਨਾ ਕੁ ਟਾਈਮ ਹੈਗਾ ਆਪਣਾ ਇੰਜੋਏ ਕਰਨ ਦਾ ਜ਼ਿੰਦਗੀ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਮੋੜ ਲੈ ਰਹਿਣਾ ਠੀਕ ਹੈ ਜੀ ਤੇ ਜਿੰਨਾ ਕੁ ਹੋ ਸਕੇ ਉਹਨਾਂ ਆਪਣਾ ਇੰਜੋਏ ਕਰੋ ਮੈਂ ਤਾਂ ਇਹ ਕਹਿ ਸਕਦਾ ਨਾਲੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਬਾਈ ਹੋਣੀ ਸਾਰੇ ਗਰੁੱਪ ਆ ਜਿਹੜਾ ਇਹ ਤੇ ਇਹ ਬਾਜੀਆਂ ਵੀ ਸਪਾਂਸਰ ਇੰਡੀਆ ਜੇ ਸ਼ੌਂਕ ਆ ਸ਼ੌਂਕ ਨੂੰ ਜਿਉਂਦਾ ਰੱਖਣ ਲਈ ਇੰਡੀਆ ਬਾਜੀਆਂ ਸਪਾਂਸਰ ਕਰਾਉਂਦੇ ਆ ਇੱਕ ਪਾਕਿਸਤਾਨ ਬਾਜੀ ਸਪਾਂਸਰ ਕੀਤੀ ਸੀਗੀ ਜੀ ਹਾਂਜੀ ਉਹ ਇਸ ਸਾਲ ਆਈ ਥਿੰਕ ਹੋ ਜੂਗੀ ਤੇ ਉਹ ਥੋੜਾ ਜਿਹਾ ਮੌਸਮ ਦੇ ਬਿੱਟੂ ਦੱਸੋ ਪਲੀਜ਼ ਉਸ ਬਾਜੀ ਬਾਰੇ ਜ਼ਰੂਰ ਦੱਸੋ ਕਿਹੜੀ ਬਾਜੀ ਆ ਉਹ ਐਕਚੁਅਲੀ ਉਹ ਜਿਹੜਾ ਬਾਈ ਆਪਣਾ ਸਹੇਲ ਗਰੇਵਾਲ ਜੀ ਉਹਨਾਂ ਦੇ ਮਾਤਾ ਜੀ ਦੀ ਡੈਥ ਹੋ ਗਈ ਕਰਕੇ ਉਹ ਫਿਰ ਬਾਜੀ ਰਹਿ ਗਈ ਪਿਛਲੀ ਵਾਰੀ ਤਾਂ ਰਹਿ ਗਈਆਂ ਸੀ ਉੱਥੇ ਮੌਸਮ ਖਰਾਬ ਸੀਗਾ ਤੇ ਹੁਣ ਕਰਾਣੀ ਹੋਣੀ ਸੀ ਬਾਜੀ ਕਿੰਨੀ ਕੁ ਸਪਾਂਸਰਸ਼ਿਪ ਹੁੰਦੀ ਹੈ ਕੀ ਹੁੰਦਾ ਮਾੜਾ ਜਿਹਾ ਕੁਝ ਪਤਾ ਉੱਥੋਂ ਬਾਰੇ ਦੱਸੋਗੇ ਉੱਥੇ ਆਹੀ ਆ ਜਿੱਦਾਂ ਆਪਣੇ ਬਾਜੀ ਉੱਥੇ ਅੱਡੇ ਲਾ ਕੇ ਘਰਾਂ 'ਚ ਅੱਡੇ ਲਾ ਕੇ ਇੱਕ ਥਾਂ ਪਿੰਡ 'ਚ ਗਿਝਾ ਲੈਂਦੇ ਕਬੂਤਰ ਉੱਥੇ ਉਸ ਹਿਸਾਬ ਨਾਲ ਤੇ ਅਸੀਂ ਮੈਨੂੰ ਲੱਗਦਾ ਮੋਟਰਸਾਈਕਲ ਸੀ ਨਾਮ ਇਹ ਜਿੱਦਾਂ ਇੱਧਰ ਹੀ ਚੱਲਦੇ ਆ ਫਰੈਟ ਦੇ ਪੰਜਾਬ ਦੇ ਵਿੱਚ ਕੂਲਰ ਵਗੈਰਾ ਉਹ ਉੱਦਾਂ ਰੋਟੀ ਪਾਣੀ ਦਾ ਸਾਰਾ ਸੀ ਸਾਡਾ ਉੱਧਰ ਜਿਵੇਂ ਰੋਟੀ ਪਾਣੀ ਨਹੀਂ ਹੁੰਦੀ ਹੈਗੀ ਅਸੀਂ ਕਿਹਾ ਸੀ ਅਸੀਂ ਆਪਾਂ ਇੱਧਰ ਨੂੰ ਸੀਗਾ ਵੀ ਇਹ ਬਾਜੀ 'ਚ ਕਰਾਵਾਂਗੇ ਇਹ ਗਰੁੱਪ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਨਾ ਮੇਨ ਤਾਂ ਸਾਡੇ ਇਹੀ ਨੇ ਬੰਦੇ ਜੀ ਨਾਲ ਇੱਕ ਮੁੰਡਾ ਫੀਨਿਕਸ ਤੋਂ ਗਾਗਾ ਨਾ ਬਾਬਾ ਉਹ ਬਾਬਾ ਸਾਡਾ ਹੈੱਡ ਵੀ ਆ ਜੀ ਪੰਮਾ ਬਾਈ ਆ ਪੰਮੇ ਹੋ ਪੰਮਾ ਬਾਈ ਹੋ ਗਿਆ ਕਲਵੀਰ ਆ ਬੈਠੇ ਹਾਂ ਤੇ ਇਹ ਹੋ ਗਏ ਤੇ ਅਸਲ ਦੇ ਵਿੱਚ ਇੱਕ ਗਰੁੱਪ ਸੀਗਾ ਤੇ ਬਾਜੀ ਸਪਾਂਸਰ ਕੀਤੀ ਸੀਗੀ ਤੇ ਉਹ ਬਾਜੀ ਪਹਿਲਾਂ ਦਾ ਮੌਸਮ ਕਰਕੇ ਰਹਿ ਗਈ ਫਿਰ ਉਹ ਸੁਹੇਲ ਬਾਈ ਦੇ ਮਾਤਾ ਦੀ ਡੈਥ ਹੋ ਗਈ ਉਹਦੇ ਕਰਕੇ ਹੋ ਗਈ ਉਹਦੇ ਵਿੱਚ ਇਹ ਹੁੰਦਾ ਉੱਧਰ ਲੰਗਰ ਪਾਣੀ ਦਾ ਨਹੀਂ ਹੁੰਦਾ ਪ੍ਰਬੰਧ ਅੱਡੇ ਦੇ ਕਬੂਤਰ ਉਡਾਉਂਦੇ ਆ ਉਹ ਫਿਰ ਇਸ ਗਰੁੱਪ ਦੇ ਇਹ ਰੱਖਿਆ ਸੀ ਵੀ ਲੰਗਰ ਪਾਣੀ ਵੀ ਸਾਰਾ ਪ੍ਰਬੰਧ ਕਰਨਾ ਠੀਕ ਵੀ ਬਾਜੀ ਜਿਵੇਂ ਇੰਡੀਆ 'ਚ ਲੰਗਰ ਪਾਣੀ ਹੁੰਦਾ ਉਵੇਂ ਹੀ ਕਰਾਉਣੀਆਂ ਵੀ ਪਿੰਡ ਦੀ ਹੋ ਜਾਵੇ ਜਿੱਦਾਂ ਪਿੱਛੇ ਆਪਾਂ 2 ਸਾਲ ਪਹਿਲਾਂ ਬਾਜੀ ਕਰਾਈ ਸੀ ਪੰਗਾਲਾ ਭਿੰਦਰ ਨੇ ਭਿੰਦਰ ਨੇ ਕਰਾਈ ਭਿੰਦਰ ਝਗੜੇ ਵਾਲੇ ਨੇ ਉਧਰ ਕਰਵਾਈ ਸੀ ਇੱਕ ਜਲੂਰ ਕਰਵਾਈ ਸੀ ਜਲੂਰ ਕਰਾਈ ਸੀ ਮੀਟ ਜਾਣ ਕੇ ਪੂਰਾ ਜਾਣ ਕੇ ਮਤਲਬ ਵਧੀਆ ਪ੍ਰਬੰਧ ਕੀਤਾ ਸੀ ਮਤਲਬ ਖਾਣ ਪੀਣ ਦਾ ਪ੍ਰਬੰਧ ਵਧੀਆ ਕੀਤਾ ਹੋਇਆ ਸੀ ਉਹ ਬਹੁਤ ਵੱਡੀ ਬਾਜੀਆਂ ਕਰਾਈਆਂ ਸੀ ਪੰਗਾਲਾ ਸੀ ਆਈ ਥਿੰਕ ਪੰਗਾਲਾ ਹਨਾ ਤੇ ਜਲੂਰ ਸੀਗੀ ਤੇ ਇਹ ਪਿਛਲੇ ਸਾਲ ਆਪਣੇ ਪਿੰਡ ਕਰਾਈ ਸੀ
ਮੇਰੇ ਪਿੰਡ ਹੋਈ ਆ ਉੱਥੇ ਵੀ ਆ ਇਸੇ ਸਾਲ ਹੋਈ ਬਾਈ ਤੇ ਉੱਥੇ ਵੀ ਆਪਣੇ ਉੱਥੇ ਕਰਾਈ ਸੀ ਪੰਜ ਨੇ ਕਬੂਤਰ ਲੈਂਬਰ ਹਾਂ ਨੇ ਛੱਡੇ ਸੀ ਕਬੂਤਰ ਤੇ ਉਹ ਵੀ ਬਾਈ ਹੁਣ ਤਕਰੀਬਨ ਜੇ ਇੰਡੀਆ ਤੋਂ ਬਾਜੀ ਛੱਡੀ ਤੇ ਜਾਂ ਤਾਂ ਬਾਈ ਦੇ ਆਪਣੇ ਇਹਦੇ ਬੈਨੀ ਦੇ ਘਰੇ ਛੱਡ ਲਈ ਦੀ ਆ ਉਸ ਤੋਂ ਬਾਅਦ ਜੀਤੇ ਬਾਈ ਹੋਣੀ ਆ ਤੇ ਜੀਤਾ ਬਾਈ ਤੇ ਪਲੱਸ ਆਪਣਾ ਲੈਂਬਰ ਸਰਪੰਚ ਇਹ ਬਾਈ ਦੇ ਆਪਾਂ ਜਾਣੀ ਕਿ ਇਹਨਾਂ ਸਾਰਿਆਂ ਭਰਾਵਾਂ ਨਾਲ ਆਪਣੀ ਹੈਗੀ ਜਾਣੀ ਕਿ ਸ਼ੌਂਕ ਸਾਰੇ ਬੰਦੇ ਨਾਲ ਹੈਗੀ ਆਪਣੀ ਬਾਕੀ ਇਹਨਾਂ ਦੇ ਘਰੋਂ ਆਪਾਂ ਸ਼ੌਂਕ ਪੂਰੇ ਇੱਥੇ ਕਰ ਲਈਦੇ ਆ ਬਾਜੀਆਂ ਥੈਂਕ ਯੂ ਵੈਰੀ ਮੱਚ ਬਾਬੇ ਥੈਂਕ ਯੂ ਸਰ ਜੀ ਮੋਹਨ ਬਾਈ ਬਸ ਜੀ ਬਹੁਤ ਵਧੀਆ ਅੱਜ ਭਾਜੀ ਨੂੰ ਮਿਲੇ ਆ ਬਹੁਤ ਚਿਰ ਬਾਅਦ ਨਾਂ ਸੁਣਿਆ ਸੀ ਇਹਨਾਂ ਦਾ ਹਮੇਸ਼ਾ ਆਪਣੇ ਬੈਨੀ ਵਿੱਚ ਗੱਲਾਂ ਕਰਦਾ ਹੁੰਦਾ ਸੀ ਵਿਸ਼ਾਲ ਵਿੱਚ ਵੀ ਇੱਦਾਂ ਬਾਬਾ ਜੀ ਦੇ ਟੱਕਰ ਗਏ ਆਪਾਂ ਨੂੰ ਬਹੁਤ ਵਧੀਆ ਬਾਕੀ ਆਪਣੇ ਇੱਕ ਵਾਰ ਦੁਬਾਰਾ ਨੰਬਰ ਬੋਲ ਦੇਣਾ ਆਪਣਾ ਕਲੱਬ ਵਾਸਤੇ ਜੀ ਟੀ ਏ ਵਾਸਤੇ ਬੈਨੀ ਸਾਹਿਬ ਆਪਣਾ ਮਨ ਜਾਂ ਕੋਈ ਵੀ ਜਾਨਵਰ ਆ ਉਹਦੀ ਸੇਵਾ ਕਰਨਾ ਇੱਕ ਸੌਖੀ ਗੱਲ ਨੀ ਇਹਨਾਂ ਨੂੰ ਰੱਖਣਾ ਸੇਵਾ ਕਰਨੀ ਇਹ ਤਾਂ ਮੈਂ ਬਹੁਤ ਦੇਖਦਾ ਬੱਚਿਆਂ ਨੂੰ ਬਦਾਮ ਨੀ ਪਾਉਂਦੇ ਉਹਨਾਂ ਨੂੰ ਕੰਮ ਤੋਂ ਆ ਕੇ ਸਿੱਧੇ ਉੱਥੇ ਹੀ ਜਾਂਦੇ ਆ ਉੱਥੇ ਹੱਥਾਂ ਨਾਲ ਪਾਣੀ ਵੀ ਨਹੀਂ ਪੀਂਦੇ ਫਿਰ ਜਾ ਕੇ ਛੋਲੇ ਦੇਣੇ ਆ ਰਾਤ ਦੇ ਪਿਓ ਇੰਨੀ ਸੇਵਾ ਮੈਂ ਦੇਖਿਆ ਬੱਚਿਆਂ ਦੀ ਨਹੀਂ ਹੁੰਦੀ ਇੰਨੀ ਇਹ ਕਰਦੇ ਆ ਇਹ ਕਹਿੰਦੇ ਛੋਟੇ ਹੁੰਦੇ ਨੇ ਬੀਬੀ ਨੇ ਕੁੱਟਿਆ ਬਹੁਤ ਸੀ ਰਾਤ ਨੂੰ ਚਲੋ ਇਹ ਤਾਂ ਆਪਾਂ ਜਦੋਂ ਕਬੂਤਰ ਪਹਿਲੀ ਵਾਰੀ ਲਿਆਂਦੇ ਕੁੱਟੋ ਮੈਨੂੰ ਸਾਰੇ ਦੀ ਪਈ ਆ ਤੁਹਾਡੇ ਤਾਂ ਵੈਸੇ ਪਈ ਆ ਮੇਰੇ ਲੋਹੇ ਦੀ ਸੋਟੀ ਨਾਲ ਕੁੱਟ ਪਈ ਵੀ ਇਸ ਗੱਲ ਦੀ ਹੁਣ ਬੇਬੇ ਆਇਆ ਕਹਿੰਦੀ ਹੁੰਦੀ ਆਪਾਂ ਤਾਂ ਤੇਰਾ ਕਬੂਤਰ ਬਹਿ ਗਿਆ ਬੰਦ ਕਰਦੇ ਉਹਨਾਂ ਨੂੰ ਜ਼ਿਆਦੇ ਆ ਇਹ ਉਹ ਪੁੱਤ ਤੇਰਾ ਕਬੂਤਰ ਇੱਧਰ ਚਲੇ ਗਿਆ ਤੇਰਾ ਉਹ ਉੱਧਰ ਕਹਿੰਦੇ ਆ ਨਾ ਕਬੂਤਰ ਉਜਾੜ ਮੰਗਦੇ ਆ ਇਹ ਕਹਿੰਦੇ ਉਜਾੜ ਨਹੀਂ ਮੰਗਦੇ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਫਲ ਮਿਲਦਾ ਬਿਲਕੁਲ ਸਹੀ ਗੱਲ ਉਜਾੜ ਤਾਂ ਜੀ ਕਬੂਤਰ ਆਪਣੇ ਬਰਾੜ ਸਾਹਿਬ ਲੋਕਾਂ ਨੂੰ ਵਹਿਮ ਹੋ ਜਾਂਦਾ ਵੀ ਕਬੂਤਰ ਉਜਾੜ ਮੰਗਦੇ ਉਜਾੜ ਨਹੀਂ ਕੋਈ ਵੀ ਜਾਨਵਰ ਮੰਗਦਾ ਜੀ ਜਿੱਥੇ ਘਰ 'ਚ ਰਹਿੰਦਾ ਜਿੱਥੇ ਉਹਨੂੰ ਦਾਣਾ ਪਾਣੀ ਮਿਲਦਾ ਉਹ ਘਰ 'ਚ ਅਸੀਂ ਵੀ ਉਸ ਘਰ 'ਚ ਜਾਵਾਂਗੇ ਤਾਂ ਆਪਾਂ ਨੂੰ ਉਜਾੜ ਜਾਣੀ ਕਿ ਦਾਣਾ ਪਾਣੀ ਜਿੱਥੋਂ ਮਿਲਦਾ ਆਪਾਂ ਉਹ ਘਰ ਦੀ ਜਾਣ ਕੇ ਕਹਿੰਦੇ ਉਹਦੇ ਵਿੱਚ ਬਰਕਤ ਲਈ ਮੰਗਦੇ ਹਾਂ ਕੁਛ ਨਾ ਕੁਛ ਬਾਕੀ ਲੋਕੀ ਇੰਨੇ ਕੁ ਇਸ ਕੰਮ 'ਚ ਖੋ ਜਾਂਦੇ ਆ ਨਾ ਵੀ ਕੰਮ ਛੱਡ ਦਿੰਦੇ ਮੇਨ ਹੋਰ ਕੋਈ ਗੱਲ ਨਹੀਂ ਹੈਗੀ ਸਿਰਫ ਆਹੀ ਆ ਯਾਰਡ ਦਾ ਇਹੀ ਕਾਰਨ ਹੁੰਦਾ ਵੀ ਜਦੋਂ ਕੰਮ ਸ਼ੌਕ ਵੀ ਪੂਰਾ ਕਰੋ ਪੂਰਾ ਤੇ ਕੰਮ ਵੀ ਕਰੋ ਕੰਮ ਵੀ ਕਰੋ ਕੰਮ ਵੀ ਠੋਕੇ ਕੰਮ ਕਾਰ ਜਿਹੜਾ ਬਾਹਰ ਦਾ ਹੈਗਾ ਉਹ ਸਾਰੇ ਕੰਮ ਕਰੋਗੇ ਤਾਂ ਬਾਈ ਤੁਹਾਡਾ ਸ਼ੌਕ ਵੀ ਪੂਰਾ ਹੋ ਜਾਊਗਾ ਜੇ ਤੁਸੀਂ ਡਿਪੈਂਡ ਕਬੂਤਰਾਂ ਤੇ ਚੱਲ ਗਏ ਮੈਂ ਤੁਹਾਡੇ ਤੋਂ ਸਵਾ ਹੋਰ ਕਿਤੇ ਜਾਣਾ ਨਹੀਂ ਜਾਂ ਕੰਮ ਨਹੀਂ ਕਰਨਾ ਉਹ ਤਾਂ ਫਿਰ ਆਟੋਮੈਟਿਕਲੀ ਹੈਗਾ ਜੇ ਉਹ ਯਾਰਡ ਹੀ ਸਟਾਰਟ ਹੋ ਜਾਂਦਾ ਜਦੋਂ ਤੁਹਾਡੇ ਘਰ ਬਰਕਤ ਨਹੀਂ ਆਉਣੀ ਕੰਮ ਨਹੀਂ ਆਉਣਾ ਕੰਮ ਕਰਨਾ ਨਹੀਂ ਤੁਹਾਡੇ ਪੈਸਾ ਨਹੀਂ ਆਊਗਾ ਤਾਂ ਫਿਰ ਕਬੂਤਰਾਂ ਦੇ ਸ਼ੌਕ ਵੀ ਮੇਰੇ ਖਿਆਲ 'ਚ ਬਹੁਤ ਜਦ ਪੂਰੇ ਨਹੀਂ ਹੁੰਦੇ ਸ਼ੌਂਕ ਆ ਇੰਡੀਆ ਤੋਂ ਕਿਸ ਤਰ੍ਹਾਂ ਸ਼ੌਂਕ ਸਾਡਾ ਸ਼ੁਰੂਆਤ ਹੋਇਆ ਸੀ ਇਸ ਮੁਲਕ ਦੇ ਵਿੱਚ ਅਸੀਂ ਆ ਕੇ ਕਿੱਦਾਂ ਦਸਾਂ ਨੋਹਾਂ ਦੀ ਕਿਰਤ ਕੀਤੀ ਮਿਹਨਤ ਕੀਤੀ ਤੇ ਕਬੂਤਰ ਰੱਖੇ ਹੋਏ ਆ ਜਾਂ ਵੱਖਰੇ ਵੱਖਰੇ ਸ਼ੌਂਕ ਆ ਉਹ ਜਿਹੜੇ ਸ਼ੌਂਕ ਆ ਉਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਇਸ ਚੈਨਲ 'ਤੇ ਕਰਾਂਗੇ ਕੋਈ ਸ਼ਬਦਾਂ ਦੇ ਚੋਣ ਵਿੱਚ ਗਲਤੀ ਹੋ ਜਾਂਦੀ ਉਹਦੇ ਲਈ ਮਾਫ਼ੀ ਤੁਸੀਂ ਵੀਡੀਓ ਨੂੰ ਤੁਹਾਨੂੰ ਚੰਗੀ ਲੱਗਦੀ ਆ ਇਸ ਨੂੰ ਸ਼ੇਅਰ ਜ਼ਰੂਰ ਕਰ ਰਿਹਾ ਕਰੋ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਕਬੂਤਰਬਾਜ਼ ਬੈਠਾ ਅਤੇ ਇੱਕ ਕਹਿੰਦੇ ਨੇ ਖੁਰਾਕ ਮਿਲਦੀ ਆ ਗੱਲਾਂ ਬਾਤਾਂ ਸੁਣ ਕੇ ਨਾ ਇੱਕ ਸਾਨੂੰ ਆਨੰਦ ਆ ਜਾਂਦਾ ਐਨਰਜੀ ਮਿਲਦੀ ਆ ਸੋ ਤੁਹਾਨੂੰ ਵੀ ਐਨਰਜੀ ਮਿਲੂਗੀ ਗਲਤੀ ਹੋ ਗਈ ਮਾਫ਼ੀ ਸਤਿ ਸ਼੍ਰੀ ਅਕਾਲ ਜੀ